ਬਿਲਕੁਲ ਸੁਬਹ ਸੁਬਹ ਦਾ ਟਾਈਮ ਹੈ, ਤਕਰੀਬਨ 5:10 ਹੋਏ ਨੇ। ਸਾਹਮਣੇ ਵੇਖ ਰਹੇ ਹੋ ਸੂਰਜ ਨਿਕਲ ਰਿਹਾ ਤੇ ਮੈਂ ਇਸ ਟਾਈਮ ਰੋਡ ਤੇ ਪੈਦਲ ਸਫ਼ਰ ਕਰ ਰਿਹਾ। ਅਸੀਂ ਜਾ ਰਹੇ ਹਾਂ ਫੈਸਲਾਬਾਦ। ਵਾਲਦ ਸਾਹਿਬ ਮੇਰਾ ਬਿਮਾਰ ਨੇ, ਉਹਨਾਂ ਦਾ ਹਾਰਟ ਦਾ ਮਸਲਾ ਹੈ, ਉੱਥੇ ਉਹਨਾਂ ਦੀ ਐਂਜੀਓਗ੍ਰਾਫੀ ਵਗੈਰਾ ਕਰਵਾਉਣੀ। ਅੱਛਾ ਸੁਬਹ ਸੁਬਹ ਕੋਈ ਨਹੀਂ ਮਿਲਿਆ ਸੀ, ਇਸ ਵਜ੍ਹਾ ਤੋਂ ਮੈਂ ਪੈਦਲ ਸਫ਼ਰ ਕਰ ਰਿਹਾ ਅਤੇ ਤਕਰੀਬਨ ਹੈ ਮੇਰੇ ਘਰ ਤੋਂ ਨਾ ਤਕਰੀਬਨ 20 ਮਿੰਟ ਦਾ ਰਸਤਾ ਹੈ ਪੈਦਲ। ਮੇਰੇ ਘਰ ਤੋਂ ਜੋਰਾਬਾਦ ਲਾਰੀ ਅੱਡਾ ਤਕਰੀਬਨ 20 ਮਿੰਟ ਦਾ ਸਫ਼ਰ ਹੈ। ਵੈਸੇ ਤਾਂ ਫੁੱਲ ਗਰਮੀ ਦਾ ਮੌਸਮ ਹੈ, ਮਈ ਦੇ ਆਖਰੀ ਦਿਨ ਚੱਲ ਰਹੇ ਨੇ, ਲੇਕਿਨ ਫਿਰ ਵੀ ਸੁਬਹ ਸੁਬਹ ਦੇ ਟਾਈਮ ਜਿਹੜਾ ਨਾ ਗਰਮੀ ਬਿਲਕੁਲ ਨਾ ਹੋਣ ਦੇ ਬਰਾਬਰ ਹੁੰਦੀ। ਉਹ ਇੱਕ ਚਾਚਾ ਲੇਟਿਆ ਹੋਇਆ ਹੈ ਪਿੱਤਿਆਂ ਦਾ ਟਰੱਕ ਲਾ ਕੇ। ਅੱਜ ਕੱਲ੍ਹ ਪਿੱਤਿਆਂ ਦਾ ਵੀ ਸਹੀ ਸਵਾਲ ਆਇਆ ਹੋਇਆ, ਉਹ ਡਾਕਟਰ ਫਰਮਾਨ ਹੈ ਕਿ ਫਰਮਾਨ ਹੈ, ਉਹਨੇ ਕੋਈ ਚਬਲ ਮਾਰੀ ਹੋਈ ਜਿਹੜੀ ਵੀ ਪਿੱਤਿਆਂ 'ਚ ਇੰਜੈਕਸ਼ਨ ਲੱਗਦੇ ਨੇ। ਕਈਆਂ ਗਰੀਬਾਂ ਦੀ ਰੋਧੀ ਉਹਨੇ ਇਸ ਦਫ਼ਾ ਪੰਜਾਈ ਹੈ। ਬੰਦਿਆਲ ਕੋਚ ਜਾ ਰਹੀ, ਇਸ ਤੋਂ ਪਿੱਛੇ ਇੱਕ ਟਾਈਮ ਆਏਗਾ ਉਹਦੇ 'ਤੇ ਅਸੀਂ ਬੈਠਾਂਗੇ ਅਤੇ ਅਸੀਂ ਫੈਸਲਾਬਾਦ ਮੂਵ ਕਰ ਜਾਵਾਂਗੇ। ਇਹ ਰੋਡ ਮੁਜ਼ੱਫਰਗੜ੍ਹ ਵਾਲੀ ਸਾਈਡ ਤੋਂ ਆਉਂਦਾ, ਇਹ ਰੋਡ ਇੱਧਰ ਪਹਾੜੀ ਇਲਾਕੇ ਨੂੰ ਜਾਂਦਾ, ਨੁਸ਼ਹਿਰਾ ਵਾਦੀ ਹੈ ਸੂਨ। ਜਿਸ ਸਾਈਡ ਨੂੰ ਮੈਂ ਜਾ ਰਿਹਾ ਅੱਜ ਸਰਗੋਧਾ ਖੁਸ਼ਾ, ਅਤੇ ਮੇਰੀ ਬੈਕ ਸਾਈਡ ਤੋਂ ਮੈਂ ਸਮਝੋ ਕਿ ਮੀਆਂ ਵਾਲੀ ਸਾਈਡ ਤੋਂ ਆ ਰਿਹਾ। ਅਤੇ ਮਿਹਰਬਾਨੀ ਕੀਤੀ ਕਰੋ, ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਥੱਲੇ ਕੋਈ ਇੱਕ ਅੱਧਾ ਕਮੈਂਟਸ ਵੀ ਕਰ ਦਿਆ ਕਰੋ। ਠੀਕ ਆ, ਮੰਨ ਲਿਆ ਅਸੀਂ ਵੱਡੇ ਯੂਟਿਊਬਰ ਨਹੀਂ ਆ, ਨਾ ਸਾਨੂੰ ਵੀਡੀਓ ਬਣਾਉਣ ਦਾ ਪਤਾ ਹੈ, ਨਾ ਸਾਨੂੰ ਬੋਲਣ ਦਾ ਪਤਾ ਹੈ, ਲੇਕਿਨ ਯਾਰ ਗੁਜ਼ਾਰੇ ਵਾਲੇ ਬੰਦੇ ਵੀ ਤਾਂ ਦੁਨੀਆ 'ਤੇ ਹੈ ਨਾ। ਸ਼ਫਕਤ ਕੀਤੀ ਕਰੋ, ਲਾਈਕ ਕਮੈਂਟਸ ਲਾਜ਼ਮੀ ਕਰ ਦਿਆ ਕਰੋ। ਅਤੇ ਅੱਜ ਵਾਲੀ ਵੀਡੀਓ ਵਾਸਤੇ ਇੰਨਾ ਟਾਈਮ ਕਾਫੀ ਹੈ, ਨੈਕਸਟ ਵੀਡੀਓ 'ਚ ਮਿਲਾਂਗੇ ਇਨਸ਼ਾਅੱਲਾ। ਮਿਹਰਬਾਨੀ ਕਰਕੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਵੀ ਲਾਈਕ ਕਰ ਦਿਓ, ਥੱਲੇ ਕੋਈ ਵੀ ਕਮੈਂਟਸ ਕਰ ਦਿਓ, ਭਾਵੇਂ 1, 2, 3 ਲਿਖ ਦਿਓ, ਭਾਵੇਂ ABC ਲਿਖ ਦਿਓ। ਓਕੇ, ਅੱਲਾ ਹਾਫਿਜ਼।